सुबह दे 6:10 हो चुके हैं। सारिआं नूं सति श्री अकाल जी। इधर परनीत भी देखो उठ के अपनी मम्मा नाल हेल्प करवा रही। ये की चटनी जी। सुबह सुबह चटनी कुटी जा रही क्योंकि मैं जाना वा कम ते, इस करके बोल दे। इधर देख के इतने देख इधर देख सत श्रीकाल कह दे। ਚਟਣੀ ਤਿਆਰ ਹੋਈ ਹੋ ਰਹੀ ਹੈ ਅਤੇ ਸਿਮਰਨ ਨੇ ਰੋਟੀ ਵੀ ਪਕਾਉਣੀ ਹੈ ਅਤੇ ਮੈਂ ਉਨਾ ਟਾਈਮ ਚਾਹ ਬਣਾਉਣਾ। ਫਿਰ ਤੈਨੂੰ ਕੀ ਹੁੰਦਾ? ਅਰੇ ਸਹੀ ਪੈਰਾਂ ਵਿੱਚ ਤੇਰੇ ਕੁਛ ਨਹੀਂ ਪਾਇਆ ਆ, ਜਾਂ ਤਾਂ ਚੱਪਲਾਂ ਪਾ ਲੈ ਅਤੇ ਜਾਂ ਉਹ ਸੈਂਡਲ ਤੇਰੇ ਪਾਇਆ ਉਹ ਪਾ ਲੈ, ਜਾ ਸੈਂਡਲ ਪਾ ਲੈ। ਆ ਜਾ ਆ ਜਾ ਮੈਂ ਆ ਜਾ ਆ ਜਾ ਪਾ। ਅਤੇ ਬਾਹਰ ਨਹੀਂ ਜਾਣਾ, ਬਾਹਰ ਨਹੀਂ ਜਾਣਾ, ਇੱਥੇ ਖੇਡ, ਇੱਥੇ ਇੱਥੇ ਅੰਦਰ ਹੀ ਖੇਡ, ਇੱਥੇ ਖੇਡ, ਠੀਕ ਹੈ? ਬਾਹਰ ਨਹੀਂ ਜਾਣਾ, ਇੱਥੇ ਖੇਡ। ਤੜਕਾ ਲਾਉਣ ਵਾਸਤੇ ਕੁੱਕਰ ਰੱਖ ਦਿੱਤੀ। ਗੁੜ ਪੈ ਗਿਆ ਉਹਦੇ ਵਿੱਚ, ਸਭ ਕੁਛ ਪੈ ਗਿਆ। ਤੇ ਇੱਧਰ ਇੱਧਰ ਹੋ ਗਿਆ, ਹੁਣ ਹੋਰ ਥੋੜ੍ਹਾ ਚਾਨਣਾ ਹੁੰਦਾ ਜਾਂਦਾ ਵਾ ਵਧੀਆ। ਅਤੇ ਧੁੰਦ ਦੇਖੋ, ਥੋੜ੍ਹੀ ਥੋੜ੍ਹੀ ਧੁੰਦ ਆ। ਅਤੇ ਚਾਹ ਨੂੰ ਉਬਾਲੀ ਆਉਣੀ ਸ਼ੁਰੂ ਹੋ ਗਈ ਆ, ਇਹਦੇ ਵਿੱਚ ਹੁਣ ਪਾ ਦਿੰਦੇ ਹਾਂ ਦੁੱਧ। ਚਾਹ ਬਣ ਗਈ ਆ ਤੇ ਲੈ ਪ੍ਰਨੀਤ ਦੀ ਚਾਹ ਪਈ ਆ, ਠੰਡੀ ਹੋਣ ਵਾਸਤੇ ਪਈ। ਚੁੱਪ ਕਰ ਜਾ ਜੇ, ਫਿਰ ਪੀ ਲੈ, ਠੰਡੀ ਹੋ ਗਈ ਜਦੋਂ। ਇਹਦੇ ਵਾਸਤੇ ਸਪੈਸ਼ਲ ਲੈ ਕੇ ਆਏ ਹਾਂ ਛੋਟਾ ਕੱਪ। ਵੈਸੇ ਤਾਂ ਚਾਹ ਬਹੁਤ ਜ਼ਿਆਦਾ ਪੀਂਦੀ ਆ ਇਹ, ਪਰ ਇਹਨੂੰ ਜਿੰਨਾ ਹੋ ਸਕੇ ਘੱਟ ਤੋਂ ਘੱਟ ਦੇਈਦਾ ਚਾਹ।
ਨਹੀਂ ਤਾਂ ਦੋ ਤਿੰਨ ਕੱਪ ਕਹਿੰਦੀ ਵੀ ਭਰ ਕੇ ਮੈਨੂੰ ਦੇ ਦਿਓ ਤੇ ਮੈਂ ਪੀ ਲਵਾਂ, ਇਹਨੂੰ ਇੱਕ ਹੀ ਦੇਈਦਾ। ਗਾਣਾ ਗਾਣਾ ਗਾਈ ਜਾਨੀ? ਚਲ ਹੁਣ ਸੁਣਾ ਦੇ ਗਾਣਾ, ਬੋਲ। ਛੋਟ ਪੁਰਾਣੇ ਆ ਲਹਿੰਗੇ ਵਾਲਾ ਬੋਲਦੀ ਲਹਿੰਗਾ ਲੈ ਕੇ ਉਹ ਵੀ ਸੁਣਾ ਦੇ। ਮਾਂ ਲਈ ਜਾਂਦੀ ਆ ਸੁਣਾ ਦੇ ਸੁਣਾ। ਲੈ ਪੀ ਲੈ, ਠੰਡੀ ਹੋ ਗਈ। ਭਰ ਲਿਆ ਸਵੇਰੇ ਸਵੇਰੇ ਹੁਣ ਦੁਬਾਰਾ ਦੱਸ। ਟੋਪੀ? ਇਹਦੇ ਇਹਦੇ ਨਾਲ ਟੋਪੀ ਨਹੀਂ ਲੱਗਣੀ, ਇਹਦੇ ਨਾਲ ਟੋਪੀ ਨਹੀਂ ਲੱਗਣੀ। ਨਹੀਂ ਲੱਗਣੀ। ਅਤੇ ਹੋ ਗਈ ਹੁਣ ਤਿਆਰੀ ਕੰਮ 'ਤੇ ਜਾਣ ਦੀ। ਅਤੇ ਆ ਦੇਖੋ ਇੱਧਰ ਸਾਈਕਲ ਖੜਾ, ਅੱਜ ਜਾਣਾ ਸਾਈਕਲ 'ਤੇ, ਪਰ ਹਾਲੇ ਤੱਕ ਇਹਦੇ ਵਿੱਚ ਅਗਲੇ ਮੂਹਰਲੇ ਟਾਇਰ ਵਿੱਚ ਹਵਾ ਨਹੀਂ ਹੈਗੀ, ਕਿਉਂਕਿ ਇਹਨੂੰ 10-12 ਦਿਨ ਹੋ ਗਏ ਇੱਦਾਂ ਖੜਾ ਸੀ। ਅਤੇ ਅੱਜ ਇਸ ਕਰਕੇ ਸਾਈਕਲ ਲੈ ਕੇ ਜਾਣਾ ਕਿਉਂਕਿ ਪਹਿਲਾਂ ਸਾਨੂੰ ਜਾਣਾ ਪੈਂਦਾ ਸੀ ਦੂਰ ਕੰਮ 'ਤੇ, ਅਤੇ ਪਹਿਲਾਂ ਇੱਥੋਂ ਮੈਂ ਪਿੰਡ ਫਤਿਹਪੁਰ ਤੱਕ ਪਿੰਡ ਤੱਕ ਜਾਣਾ, ਅਤੇ ਉਸ ਤੋਂ ਬਾਅਦ ਉੱਥੋਂ ਨਾਲ ਦੇ ਨਾਲ ਮੋਟਰਸਾਈਕਲ 'ਤੇ ਚਲੇ ਜਾਂਦੇ ਹੁੰਦੇ ਸੀ। ਪਰ ਹੁਣ ਕੰਮ ਨੇੜੇ ਨੇੜੇ ਹੀ ਮਿਲ ਗਿਆ, ਸਿਰਫ 2 ਕਿਲੋਮੀਟਰ 2.5 ਤੱਕ ਹੈਗਾ, ਅਤੇ ਇਸ ਕਰਕੇ ਹੁਣ ਸਾਈਕਲ 'ਤੇ ਹੀ ਚਲਿਆ ਜਾਣਾ ਕਰਨਾ। ਅਤੇ ਇਹਨੂੰ ਹੁਣ ਇੱਥੋਂ ਆਪਾਂ ਤੋਰ ਲਵਾਂਗੇ ਅਗਲੇ ਪਿੰਡ ਤੱਕ, ਫਿਰ ਉੱਥੋਂ ਹਵਾ ਭਰਾ ਕੇ ਅਤੇ ਅੱਗੇ ਫਿਰ ਚਲੇ ਜਾਵਾਂਗੇ। ਇਸ ਕਰਕੇ ਹੁਣ ਸਾਈਕਲ 'ਤੇ ਜਾਣਾ ਕਰਨਾ, ਇਸ ਜਿੰਨਾ ਟਾਈਮ ਸੀਜ਼ਨ ਦਾ ਲੱਗਣਾ ਉਨਾ ਟਾਈਮ ਸਾਈਕਲ 'ਤੇ। ਅਤੇ ਆ ਪਿਆ ਵਾ ਰੋਟੀ ਵਾਲਾ ਝੋਲਾ, ਇਹਦੇ ਵਿੱਚ ਰੋਟੀ ਅਤੇ ਸਿਰਫ ਇੱਕ ਪਰਨਾ ਹੈਗਾ ਵਾ, ਹੋਰ ਇਹਦੇ ਵਿੱਚ ਕੁਛ ਨਹੀਂ ਹੈਗਾ। ਅਤੇ ਚੱਲਦੇ ਹਾਂ ਹੋ ਗਿਆ ਰੈਡੀ। ਬਾਏ ਨਹੀਂ ਕਰਨਾ, ਰੋਈ ਕਿਉਂ ਜਾਂਦੀ? ਚਲ ਬਾਏ। ਇੱਥੇ ਮੈਂ ਆ ਗਿਆ ਸੀ ਕੰਮ 'ਤੇ, ਅਤੇ ਕੰਮ ਫਿਰ ਜਲਦੀ ਜਲਦੀ ਸਟਾਰਟ ਕਰਨਾ ਪਿਆ, ਜਿੱਦਾਂ ਹੀ ਉੱਪਰੋਂ ਉੱਪਰੋਂ ਮੈਂ ਚੁਕਾਈ ਜਾਣੀਆਂ ਵਾਂ, ਅਤੇ ਥੱਲੇ ਥੱਲਿਓਂ ਇਹਨਾਂ ਨੇ, ਇਸ ਤਰ੍ਹਾਂ ਹੀ ਸਾਰੇ ਦਿਨ ਕੰਮ ਚੱਲੂਗਾ। ਅਤੇ ਇੱਧਰ ਉੱਪਰ ਹੁੰਦਾ ਜਾਂਦਾ ਉਹ ਦੇਖੋ ਇੰਨਾ ਉੱਪਰ ਲੱਗ ਗਿਆ ਵਾ, ਆਹ ਸਾਰੀਆਂ ਬੋਰੀਆਂ ਜਿਹੜੀਆਂ ਲਾਈਆਂ ਹੋਈਆਂ ਆਪਾਂ ਇੱਥੋਂ ਤੱਕ, ਅਤੇ ਇਹ ਸਾਰਾ ਸ਼ੈਲਰ ਜਿਹੜਾ ਇਹ ਆਪਾਂ ਕਿੰਨਾ ਜੋ ਖਾਲੀ ਪਿਆ ਸਾਰਾ ਆਪਾਂ ਭਰ ਦੇਣਾ, ਉਹ ਸ਼ੈੱਡ ਵਿੱਚ ਵੀ ਲੱਗੂਗਾ ਤਕਰੀਬਨ 1,25,000 ਗੱਟਾ ਲੱਗ ਜਾਣਾ। ਚਲੋ ਹੁਣ ਮੇਰੇ ਨੰਬਰ